ਜਿਹੜੇ ਪੁਰਾਣਾ ਹਾਲ ਚੱਲਿਆ ਉਹ ਆਪਣੇ ਬੱਚਿਆਂ ਦਾ ਸਾਡੇ ਬੱਚਿਆਂ ਦਾ ਉਹ ਇੱਕ ਨਾਲ ਚੱਲਿਆ ਉਹ ਬਾਕੀ ਦੀ ਗੱਲ ਕੀਤੀ ਤੁਸੀਂ ਦੇਖ ਹੋ ਗਿਆ ਸੀ ਇਹ ਇਲੈਕਸ਼ਨ ਨਿਗਾ ਇਹ ਧਰਮ ਯੁੱਧ ਮੋਰਚਾ ਦੇ ਅਕਾਲੀ ਦਲ ਵਾਲੇ ਬੀਜੇਪੀ ਦਾ ਖਿਲਾਫ ਲਾੜ ਕਹਿਣ ਡੇ ਆ ਰਿਪੋਰਟਾਂ ਫਾੜੇ ਰੁਪਈ ਉਹ ਕਿਉਂ ਕਹਿੰਦੇ ਆ ਜਿਹੜਾ ਸਿਸਟਮ ਆ ਗਿਆ ਹੈ ਉਹਨਾਂ ਦਾ ਨਾਸ਼ ਹੋ ਜਾਏਗਾ ਚੰਦ ਬੰਦੇ ਇੱਕ ਪਰਸੈਂਟ ਜਾਂ ਇੱਕ ਪੁਆਇੰਟ ਦੋ ਪੰਜ ਪਰਸੈਂਟ ਆਪਣੇ ਕਾਰੋਬਾਰ ਸ਼ਿਫਟ ਕਰ ਲੈਣਗੇ ਹਿਮਾਚਲ ਚਲ ਜਾਣਗੇ ਗੁਜਰਾਤ ਚਲ ਜਾਣਗੇ ਯੂਪੀ ਚਲ ਜਾਣਗੇ ਆਹ ਮਤਲਬ ਕਿੱਥੇ ਜਾਏਗਾ ਜਿਹੜਾ ਹੈ ਜਾਂ ਆਊਟ ਹੈ ਟੂ ਆਉਂਦਾ ਉਹ ਪਤਾ ਕਿੱਥੇ ਜਾਏਗਾ ਭੈਣੋ ਨਸ਼ਿਆਂ ਨੇ ਜਿਹੜੇ ਸ਼ਰੇਆਮ ਵਿਕ ਰਹੇ ਨੇ ਕੀ ਹਾਲਾਤ ਬਣਾ ਦੇ ਸਾਡੇ ਪੰਜਾਬ ਦੇ ਜਿਹੜੀ ਚੀਜ਼ ਬੱਚਿਆਂ ਦੇ ਲਾਗੇ ਹੁੰਦੀ ਆ ਬੱਚਿਆਂ ਨੂੰ ਉਹਦੀ ਹਾਲਤ ਪੈਂਦੀ ਆ ਘਰ ਦੇ ਲਾਗੇ ਗੁਰਦੁਆਰਾ ਹੋਏਗਾ ਮੰਦਰ ਹੋਏਗਾ ਬਜ਼ੁਰਗ ਸਵੇਰੇ ਮੱਥਾ ਲੈ ਕੇ ਜਾਣਗੇ ਮਗਰ ਮਗਰ ਬੱਚੇ ਵੀ ਜਾਣਗੇ ਮੱਥਾ ਲੈ ਕੇ ਆਈਏ ਘਰ ਦੇ ਲਾਗੇ ਦਵਾਈਆਂ ਦੀ ਦੁਕਾਨ ਹੋਏਗੀ ਨਸ਼ਿਆਂ ਦੀ ਦੁਕਾਨ ਹੋਏਗੀ ਚਾਰ ਮੁੰਡੇ ਤੁਰ ਪੈਣਗੇ ਹੌਲੀ ਉਮਰ ਦੇ ਸਿਆਣੇ ਨਹੀਂ ਚੱਲਦੇ ਨਸ਼ਾ ਪੰਜਾਬ ਦੇ ਵਿੱਚ ਜੋ ਹਾਲਾਤ ਪੈਦਾ ਹੋ ਚੁੱਕੇ ਨੇ ਮਹੱਲਿਆਂ ਦੇ ਮਹੱਲੇ ਪਿੰਡਾਂ ਦੇ ਪਿੰਡ ਤਕਰੀਬਨ ਉਜੜ ਗਏ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵਜ਼ੀਰ ਇਹਨਾਂ ਦੇ ਮੰਤਰੀ ਉਹ ਖੁਦ ਇਹ ਕਾਰੋਬਾਰ ਕਰ ਰਹੇ ਨੇ ਜੇ ਕਿਸੇ ਸਰਕਾਰ ਦੀ ਨੀਅਤ ਸਾਫ਼ ਹੋਏ ਤੇ ਇੱਕ ਗੋਲੀ ਨਸ਼ੇ ਦੀ ਵੇਚ ਸਕਦੀ ਔਰ ਮੈਨੂੰ ਦੱਸੋ ਇੱਥੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਚਿੱਟਾ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਮੇਰੇ ਦੋ ਚਾਰ ਪਰਿਵਾਰ ਮੇਰੇ ਬਹੁਤ ਨਜ਼ਦੀਕੀ ਨੇ ਉਹਨਾਂ ਦੇ ਬੱਚੇ ਜਿਹੜੀ ਕਾਲਜ ਪੜ੍ਹਦੇ ਸੀਗੇ ਔਰ ਕਿਤੇ ਸ਼ਹਿਰ ਦੀ ਸੰਤਰੀ ਜਮਾਣੀ ਚ ਪਏ ਇੰਨੇ ਸੋਹਣੇ ਮੁੰਡੇ ਉਹਨਾਂ ਦੇ ਚੰਗੇ ਭਲੇ ਖਾਂਦੇ ਪੀਂਦੇ ਘਰਾਂ ਦੇ ਬੱਚੇ ਬਿਲਕੁਲ ਰੁੜ ਕੇ ਰਹਿ ਗਏ ਨੇ ਜਿਸ ਤਰੀਕੇ ਨਾਲ ਸਾਡੇ ਲੋਕਲ ਐਮ ਐਲ ਏ ਨੇ ਗੁੰਡਾਗਰਦੀ ਕੀਤੀ ਹੈ ਹਰ ਬੰਦੇ ਦੇ ਪਰਚੇ ਕਰਾ ਕੇ ਧਮਕੀਆਂ ਦੇ ਕੇ ਔਰ ਪੂਰਾ ਪੰਜ ਸੱਤ ਸਾਲ ਉਹਨੇ ਲਗਾਤਾਰ ਲੁੱਟ ਖੋਲ ਕੀਤੀ ਹੈ ਟਕਾ ਕੇ ਔਰ ਇਹਨਾਂ ਲੋਕਾਂ ਨੂੰ ਡਰਾਇਆ ਵਾ ਇਹਨਾਂ ਲੋਕਾਂ ਨੂੰ ਡਰਾਇਆ ਹੁਣ ਮੈਂ ਮਹਿਸੂਸ ਕਰਦਾ ਵਾਂ ਕਿ ਹੁਣ ਲੋਕਾਂ ਦਾ ਡਰ ਥੋੜ੍ਹਾ ਜਿਹਾ ਘਟ ਲੱਗਾ ਜਦੋਂ ਪਤਾ ਲੱਗ ਗਿਆ ਵੀ ਇਹਦੇ ਖਿਲਾਫ਼ ਟੋਟਲ ਹਵਾ ਚੱਲ ਰਹੀ ਹੈ ਔਰ ਜਿਹੜੀ ਹਵਾ ਵਾ ਉਹ ਕਾਂਗਰਸ ਦੇ ਹੱਥ ਚੱਲ ਰਹੀ ਹੈ ਔਰ ਹਰ ਬੱਚੇ ਬੱਚੇ ਦੀ ਜ਼ੁਬਾਨ ਤੇ ਜਿੱਦਾਂ ਮੋਦੀ ਨੇ ਕਿਹਾ ਕਿ ਪਾਣੀ ਨੂੰ ਵੋਟਾਂ ਪਾਓ ਪਾਣੀ ਨੂੰ ਵੋਟਾਂ ਪਾਓ ਇੱਕ ਇਸ ਗੱਲ ਦਾ ਬਿਲਕੁਲ ਲੋਕਾਂ ਦੇ ਡਰ ਜਿਹੜਾ ਵਾ ਪਰੇ ਹਟ ਗਿਆ ਵਾ ਔਰ ਲੋਕ ਹੁਣ ਬੜੀ ਦਲੇਰੀ ਦੇ ਨਾਲ ਅਗਾਂਹ ਵੱਧ ਰਹੇ ਨੇ ਔਰ ਮੈਨੂੰ ਲੱਗ ਰਿਹਾ ਕਿ ਇਹ ਜਿੱਤ ਜਿਹੜੀ ਹੈ ਬਿਲਕੁਲ ਯਕੀਨੀ ਹੈਗੀ ਹੈ ਜਦੋਂ ਦਾ ਮੈਦਾਨ ਵਿੱਚ ਪਾਣਾ